ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੀ ਰਮਨਦੀਪ ਭਟਕ ਰਹੀ ਹੈ ਦਰ ਦਰ ਮੈਂ ਪਾਵਰ ਲਿਫਟਿੰਗ ਦੀ ਕਾਮਨਵੈਲਥ ਗੋਲਡ ਮੈਡਲਿਸਟ ਹਾਂ ਸਰਕਾਰ ਦੇ ਕੋਲ ਨਹੀਂ ਹੈ ਉਸ ਵਾਸਤੇ ਨੌਕਰੀ ਸਰਕਾਰ ਵੱਲੋਂ ਇਹੀ ਚਿੱਠੀ ਆਈ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਵੀ ਸਰਕਾਰ ਕੋ ਤੁਹਾਡੇ ਤੁਹਾਨੂੰ ਦੇਣ ਵਾਸਤੇ ਨੌਕਰੀ ਨਹੀਂ ਹੈਗੀ ਐਡੀ ਵੱਡੀ ਸਰਕਾਰ ਹੋਵੇ ਤੇ ਇੱਕ ਮੇਰੇ ਵਰਗੀ ਕੁੜੀ ਵਾਸਤੇ ਨੌਕਰੀ ਨਹੀਂ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਪਾਵਰ ਲਿਫਟਰ ਰਮਨਦੀਪ ਕੌਰ ਨੌਕਰੀ ਪਾਉਣ ਲਈ ਦਰ ਦਰ ਭਟਕ ਰਹੀ ਹੈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਨਾਰਾ ਹੈ ਬੇਟੀ ਪੜਾਓ ਅਤੇ ਬੇਟੀ ਬਚਾਓ ਪਰ ਰਮਨਦੀਪ ਨੂੰ ਨੌਕਰੀ ਲਈ ਭਟਕਦਿਆਂ ਦੇਖ ਇਹ ਸਭ ਗੱਲਾਂ ਖੋਖਲੀਆਂ ਨਜ਼ਰ ਆਉਂਦੀਆਂ ਹਨ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਰਮਨਦੀਪ ਨੇ ਪੀੜੀਆਂ ਹੋਣ ਦੇ ਬਾਵਜੂਦ ਵੀ ਹਾਰ ਨਹੀਂ ਮੰਨੀ ਅਤੇ ਦੇਸ਼ ਦੀ ਝੋਲੀ ਗੋਲਡ ਮੈਡਲ ਪਾਇਆ ਪਰ ਉਹ ਖੁਦ ਹੁਣ ਸਰਕਾਰ ਤੋਂ ਨਿਰਾਸ਼ ਹੈ ਕਿਉਂਕਿ ਨੌਕਰੀ ਦਾ ਵਾਅਦਾ ਕਰਕੇ ਸਰਕਾਰ ਵੱਲੋਂ ਉਸ ਦੀ ਸਾਰ ਨਹੀਂ ਲਈ ਗਈ ਮੈਂ ਪਾਵਰ ਲਿਫਟਿੰਗ ਦੀ ਕਾਮਨਵੈਲਥ ਗੋਲਡ ਮੈਡਲਿਸਟ ਹਾਂ ਮੈਂ ਸਿਰ ਜੌਬ ਵਾਸਤੇ ਚੱਕਰ ਲਾ ਰਹੀ ਸੀਗੀ ਮੈਂ 15 ਅਗਸਤ ਨੂੰ ਮੰਤਰੀ ਸਾਹਿਬ ਨੂੰ ਵੀ ਮਿਲੀ ਸੀਗੀ ਜਲੰਧਰ ਦੇ ਵਿੱਚ ਸਟੇਡੀਅਮ ਦੇ ਵਿੱਚ ਤੇ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਸੀ ਮੈਂ ਫਾਈਲ ਇਹਦੀ ਦੇਖੀ ਆ ਇਹਦੀ ਨੌਕਰੀ ਬਣਦੀ ਬਣਦੀ ਨੂੰ ਦਵਾਂਗੇ ਮਾਨ ਸਨਮਾਨ ਵੀ ਦਵਾਂਗੇ ਆ ਹੁਣ 2-2.5 ਮਹੀਨਿਆਂ ਬਾਅਦ ਉਹਦਾ ਜਵਾਬ ਆਇਆ ਆ ਜੀ ਤੇ ਉਹਦੇ ਵਿੱਚ ਚਿੱਠੀ ਵਿੱਚ ਲਿਖਿਆ ਆ ਵੀ ਤੁਹਾਨੂੰ ਅਸੀਂ ਨੌਕਰੀ ਨਹੀਂ ਦੇ ਸਕਦੇ ਸਰਕਾਰ ਕੋਲ ਨੌਕਰੀ ਹੈ ਨਹੀਂ ਜਦੋਂ ਸਰਕਾਰ ਨੌਕਰੀਆਂ ਕੱਢੂਗੀ ਸਿੱਧੇ ਤੌਰ ਤੇ ਅਪਲਾਈ ਕਰੋ ਜੇ ਸਿੱਧੇ ਤੌਰ ਤੇ ਅਪਲਾਈ ਕਰਕੇ ਮੈਂ ਨੌਕਰੀ ਲੈਣੀ ਹੈ ਤੇ ਮੈਂ ਕਈ ਵਾਰ ਅਪਲਾਈ ਕਰ ਚੁੱਕੀ ਹਾਂ ਇੰਨੇ ਪੈਸੇ ਤਾਂ ਮੈਂ ਆਪਣੇ ਮਤਲਬ ਕਿ ਘਰ ਦੇ ਰਾਸ਼ਨ ਪਾਣੀ ਤੇ ਨਹੀਂ ਖਰਚਾ ਜਿੰਨੇ ਮੈਂ ਨੌਕਰੀਆਂ ਅਪਲਾਈ ਕਰ ਕਰਕੇ ਖਰਚ ਦਿੱਤੇ ਆ ਹੁਣ ਪੱਲੇ ਕੱਖ ਨਹੀਂ ਹੈਗਾ ਤੇ ਹੁਣ ਨੌਕਰੀ ਦੀ ਵੀ ਮੈਨੂੰ ਆਸ ਹੈ ਨਹੀਂ ਤੇ ਘੱਟੋ ਘੱਟ ਮੇਰੀ ਗ੍ਰੈਜੂਏਸ਼ਨ ਤਾਂ ਦੇਣ ਜਿਹੜਾ ਮੇਰਾ ਕਾਮਨਵੈਲਥ ਦਾ ਸਰਟੀਫਿਕੇਟ ਆ ਉਹਦੀ ਗ੍ਰੈਜੂਏਸ਼ਨ ਫਾਈਲ ਕੀਤੀ ਉਹਨੂੰ ਮੈਨੂੰ 7 ਮਹੀਨੇ ਹੋ ਚੱਲੇ ਆ ਉਹ ਗ੍ਰੈਜੂਏਸ਼ਨ ਵੀ ਮੇਰੀ ਉੱਥੇ ਨਾਲ ਰੋਕ ਕੇ ਰੱਖੀ ਆ ਅਖੇ ਜੀ ਫੈਡਰੇਸ਼ਨ ਨਾਲ ਝਗੜਾ ਜਦੋਂ ਮੈਂ ਖੇਡੀ ਉਦੋਂ ਤਾਂ ਫੈਡਰੇਸ਼ਨ ਇੱਕ ਹੀ ਸੀ ਉਹੀ ਫੈਡਰੇਸ਼ਨ ਵੈਲਿਡ ਸੀ ਉਹਦੇ ਆਧਾਰ ਤੇ ਮੈਨੂੰ ਤਾਂ ਗ੍ਰੈਜੂਏਸ਼ਨ ਦਿਓ ਬਾਅਦ 'ਚ ਜੇ ਝਗੜਾ ਹੋ ਗਿਆ ਉਹ 'ਚ ਮੇਰੀ ਕੀ ਗਲਤੀ ਆ ਜੇ ਫੈਡਰੇਸ਼ਨ ਟੁੱਟੀ ਆ ਬਾਅਦ 'ਚ 2 ਮਹੀਨੇ ਬਾਅਦ ਟੁੱਟੀ ਆ ਤਾਂ ਉਹ 'ਚ ਮੈਂ ਕੀ ਕਰ ਸਕਦੀ ਹਾਂ ਜਿਹੜੀ ਮੈਂ ਫੈਡਰੇਸ਼ਨ 'ਚ ਖੇਡੀ ਹਾਂ ਉਹ ਫੈਡਰੇਸ਼ਨ ਵੈਲਿਡ ਸੀ ਉਸ ਹਿਸਾਬ ਤੇ ਮੈਨੂੰ ਗ੍ਰੈਜੂਏਸ਼ਨ ਦੇ ਦਿਓ ਨੌਕਰੀ ਨਹੀਂ ਦੇਣੀ ਨਾ ਦਿਓ ਘੱਟੋ ਘੱਟ ਗ੍ਰੈਜੂਏਸ਼ਨ ਤਾਂ ਦਿਓ ਮੈਂ ਹੋਰ ਕਿਤੇ ਹੱਥ ਪੱਲਾ ਤਾਂ ਮਾਰਾਂ ਆਪਣਾ ਨੌਕਰੀ ਸਰਕਾਰ ਵੱਲੋਂ ਇਹੀ ਚਿੱਠੀ ਆਈ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਵੀ ਸਰਕਾਰ ਕੋਲ ਤੁਹਾਡੇ ਤੁਹਾਨੂੰ ਦੇਣ ਵਾਸਤੇ ਨੌਕਰੀ ਨਹੀਂ ਹੈਗੀ ਐਡੀ ਵੱਡੀ ਸਰਕਾਰ ਹੋਵੇ ਤੇ ਇੱਕ ਮੇਰੇ ਵਰਗੀ ਕੁੜੀ ਵਾਸਤੇ ਨੌਕਰੀ ਨਹੀਂ ਪ੍ਰਤੀਕਿਰਿਆ ਭਾਜੀ ਕੀ ਹੋਣੀ ਆ ਹੁਣ ਲੈਟਰ ਲੈ ਕੇ ਨਾ ਕੋਲ ਆਈ ਆ ਮੈਂ ਡੀਸੀ ਸਾਹਿਬ ਕੋਲ ਤੇ ਡੀਸੀ ਸਾਹਿਬ ਨੇ ਕਹਿਤਾ ਜੀ ਤੁਸੀਂ ਆ ਕੇ ਡਾਇਰੈਕਟਰ ਸਪੋਰਟ ਅਫਸਰ ਨੂੰ ਮਿਲੋ ਤੇ ਡਾਇਰੈਕਟਰ ਸਪੋਰਟ ਅਫਸਰ ਕਹਿ ਦਿੰਦੇ ਜਦੋਂ ਉਹਨਾਂ ਕੋਲ ਜਾਂਦੇ ਆ ਨੌਕਰੀ ਬਾਰੇ ਜਾਂ ਗ੍ਰੈਜੂਏਸ਼ਨ ਬਾਰੇ ਤੇ ਉਹ ਕਹਿੰਦੇ ਜੀ ਤੁਹਾਡਾ ਫੈਡਰੇਸ਼ਨ ਦਾ ਝਗੜਾ ਮੈਨੂੰ ਤੇ ਨਹੀਂ ਸਮਝ ਆਉਂਦੀ ਮੈਂ ਹੁਣ ਜਾਵਾਂਗੇ ਦੇ ਹਾਲ ਨਾ ਫੈਡਰੇਸ਼ਨ ਸੁਣਦੀ ਆ ਕੁਝ ਨਹੀਂ ਸੁਣਦਾ ਆਜ਼ਾਦੀ ਦਿਵਸ ਦੇ ਸਮਾਗਮ ਦੇ ਵਿੱਚ ਪੰਜਾਬ ਦੇ ਖੇਡ ਮੰਤਰੀ ਵੱਲੋਂ ਰਮਨਦੀਪ ਨੂੰ ਨੌਕਰੀ ਦਾ ਭਰੋਸਾ ਦਵਾਇਆ ਗਿਆ ਸੀ ਪਰ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਸਭ ਲੜਕੀ ਰਮਨਦੀਪ ਕੌਰ ਤੁਹਾਨੂੰ ਮਿਲ ਕੇ ਗਈ ਹੈ ਮੈਨੂੰ ਮਿਲ ਕੇ ਗਈ ਹੈ ਮੈਂ ਉਹਦੇ ਕਾਗਜ਼ ਦੇਖ ਰਿਹਾ ਹੈਗਾ ਔਰ ਜੋ ਵਾਜਬ ਜੌਬ ਹੋਏਗਾ ਉਹਨੂੰ ਮਿਲੇਗਾ ਉਹ ਹਰ ਹਾਲਤ 'ਚ ਉਹਨੂੰ ਐਂਟਰਟੇਨ ਕੀਤਾ ਜਾਏਗਾ ਅਕਸਰ ਸਰਕਾਰ ਦਾਅਵੇ ਵਾਅਦੇ ਤਾਂ ਬਹੁਤ ਕਰਦੀ ਹੈ ਚਾਹੇ ਘਰ ਘਰ ਨੌਕਰੀ ਹੋਵੇ ਜਾਂ ਫਿਰ ਖਿਲਾੜੀਆਂ ਨੂੰ ਇਨਾਮੀ ਰਾਸ਼ੀ ਸਰਕਾਰ ਦੇ ਦਾਅਵੇ ਖੋਖਲੇ ਜਾਪਦੇ ਹਨ ਸਰਕਾਰ ਨੂੰ ਵੋਟਾਂ ਦੀ ਰਾਜਨੀਤੀ ਛੱਡ ਹੁਣ ਜ਼ਮੀਨੀ ਹਕੀਕਤ ਦੇ ਉੱਪਰ ਵਾਅਦੇ ਕਰ ਉਹਨਾਂ ਉੱਪਰ ਅਮਲ ਕਰਨ ਦੀ ਲੋੜ ਹੈ ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ